ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ, ਇੱਕ ਨਵਾਂ ਸ਼ੌਂਕ ਤੁਹਾਨੂੰ ਦੱਸਦੇ ਹਾਂ। ਉਰੇ ਆਪਾਂ ਆਏ ਸੀ ਹੂਟਰ ਸਿਸਟਮ ਲਾਉਣ ਦੇ ਲਈ, ਅਤੇ ਮੈਂ ਕਿਹਾ ਭਰਾਵਾਂ ਨੂੰ ਕਰਾ ਦਈਏ ਸ਼ੌਂਕ। ਆਇਆ ਬਾਈ ਹੁਣਾਂ ਦੇ ਕਬੂਤਰ, ਅਤੇ ਜੋੜੀਆਂ ਲਾਤੀਆਂ ਆ ਵਿੱਚ, ਅਤੇ ਕਰੇਟ ਜਿਹੜੇ ਰੱਖੇ ਹੋਏ ਆ, ਠੀਕ ਹੈ ਜੀ। ਵਧੀਆ ਕਬੂਤਰ ਨੇ ਬਾਈ ਹੁਣਾਂ ਦੇ, ਅਤੇ ਖੁੱਲ੍ਹੇ ਡੁੱਲੇ ਜਾਲੀਦਾਰ ਖੁੱਡੇ ਆ ਬਾਈ। ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਈਏ। ਪੂਰੇ ਵਧੀਆ ਕਬੂਤਰ ਨੇ ਬਾਈ ਹੁਣਾਂ ਦੇ ਕੋਲ। ਹੂਟਰ ਸਿਸਟਮ ਆਪਾਂ ਦਿੱਤਾ ਲਗਾ, ਅਤੇ ਹੁਣ ਮੈਂ ਕਿਹਾ ਆਪਾਂ ਦਿਖਾ ਦਿੰਦੇ ਥੋੜ੍ਹੇ ਜਿਹੇ ਕਬੂਤਰ। ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ, ਠੀਕ ਹੈ ਜੀ। ਫਿਰ ਤੁਹਾਨੂੰ ਦੱਸ ਦਈਏ, ਸੇਲ ਨਹੀਂ ਹੈਗੇ। ਅਤੇ ਵਿੱਚ ਕੱਖ ਪਤਾ ਕਦ ਲਈ ਪਾਇਆ ਕਿ ਕਬੂਤਰ ਜਿਹੜੇ ਹੈਗੇ ਆ ਖੁੱਡਿਆਂ ਦੇ ਵਿੱਚ ਕੱਖ ਲੈ ਕੇ ਜਾਂਦੇ ਆ ਨਾ, ਉਹਨਾਂ ਆਂਡੇ ਵਧੀਆ ਸੰਭਾਲ ਕਰਦੇ ਆ, ਇਸ ਕਰਕੇ ਵਿੱਚ ਜਿਹੜੇ ਖੁੱਡਿਆਂ ਦੇ ਜਿਹੜੇ ਕੱਖ ਪਾਏ ਹੋਏ। ਕਿਤੇ ਕਈ ਵਾਰ ਬੰਦੇ ਕਹਿੰਦੇ ਵੀ ਸ਼ਾਇਦ ਖਲਾਰਾ ਪਾਇਆ, ਗੰਦ ਪਾਇਆ। ਗੰਦ ਨਹੀਂ, ਆਪੋ ਆਪਣੀ ਸੋਚ ਆ, ਆਪੋ ਆਪਣਾ ਤਰੀਕਾ। ਕਈ ਵੀਰ ਤਾਂ ਜਿਹੜੇ ਹੈਗੇ ਨਾਰੀਅਲ ਪੈਡ ਦੀ ਵਰਤੋਂ ਕਰਦੇ ਆ, ਜਿਵੇਂ ਬਣੇ ਬਣਾਏ ਅੱਜ ਕੱਲ੍ਹ ਆਉਣ ਲੱਗ ਗਏ ਆ, ਅਤੇ ਆਪਾਂ ਖੁੱਡਿਆਂ ਦੇ ਵਿੱਚ ਉਹ ਰੱਖ ਦਿੰਦੇ ਹਾਂ, ਠੀਕ ਹੈ ਜੀ। ਅਤੇ ਕਈ ਭਰਾ ਕੀ ਕਰਦੇ ਹੁੰਦੇ ਆ, ਪਰਾਲੀ ਪਾ ਦਿੰਦੇ ਆ ਜਾਂ ਨਾੜ ਪਾ ਦਿੰਦੇ ਆ, ਅਲੱਗ ਅਲੱਗ ਜਿਹੜੇ ਕੱਖ ਆਪਾਂ ਇਹਦੇ ਵਿੱਚ ਪਾ ਦਈਦੇ ਆ ਜੀ। ਉਹਦੇ ਨਾਲ ਜਿਹੜਾ ਹੈਗਾ ਆ ਪੂਰਾ ਜਿਹੜਾ ਵਧੀਆ ਆਂਡਿਆਂ ਦੀ ਸੰਭਾਲ ਹੋ ਜਾਂਦੀ ਆ, ਕਬੂਤਰ ਵਧੀਆ ਤਰੀਕੇ ਨਾਲ ਆਂਡੇ ਫਿਰ ਸਾਂਭ ਲੈਂਦੇ ਆ ਜੀ। ਆ ਇੱਕ ਜੋੜਾ ਬਾਈ ਉਹਨਾਂ ਨੇ ਵਿੱਚ ਫੈਂਸੀ ਵੀ ਰੱਖਿਆ ਹੋਇਆ ਜੀ, ਬਾਹਲੇ ਸੁਨੱਖੇ ਆ। ਦੇਖੋ ਮੌਜੇ ਜਿਹੜੇ, ਇਹਨਾਂ ਦਾ ਨਾਮ ਮੈਨੂੰ ਪਤਾ ਨਹੀਂ ਕੀ ਆ, ਕਿਹੜੀ ਨਸਲ 'ਚੋਂ ਆ ਵੀਰੇ, ਕਿਹੜੀ ਨਸਲ ਹੁੰਦੀ ਹੈ ਇਹ? ਮੌਜੇ ਹੀ ਕਹਿ ਦਿੰਦੇ ਆ ਇਹਨਾਂ ਨੂੰ, ਕਾਫੀ ਵੱਡੀਆਂ ਵੱਡੀਆਂ ਮੌਜਾਂ, ਅਤੇ ਸਿਰ 'ਤੇ ਇਹਨਾਂ ਦੇ ਦੋਬੀ ਆ ਜੀ। ਅਤੇ ਐਂ ਦੇਖੋ ਬਹੁਤ ਹੀ ਸੋਹਣੇ ਸੋਹਣੇ ਪਰਿੰਦੇ ਨੇ ਬਾਈ ਹੁਣਾਂ ਦੇ ਕੋਲ, ਅਤੇ ਮੈਂ ਕਿਹਾ ਸ਼ੌਂਕ ਆਪਾਂ ਕਰਾ ਦਈਏ ਭਰਾਵਾਂ ਨੂੰ। ਬਾਕੀ ਮਿੱਤਰੋ, ਜਿੱਥੇ ਵੀ ਜਾਈਦਾ ਤੁਹਾਨੂੰ ਆਪਾਂ ਸ਼ੌਂਕ ਜ਼ਰੂਰ ਕਰਾਈਦਾ, ਅਤੇ ਅੱਜ ਦਾ ਸ਼ੌਂਕ ਵੀ ਬਹੁਤ ਵਧੀਆ ਆ। ਅਤੇ ਕਈ ਵਾਰ ਬਾਈ ਹੁਣੀ ਆਪ ਸਾਹਮਣੇ ਨਹੀਂ ਆਉਣਾ ਚਾਹੁੰਦੇ, ਇਸ ਕਰਕੇ ਆਪਾਂ ਜਿਹੜਾ ਹੈਗਾ ਫਿਰ ਜਿਹੜਾ ਆਪ ਹੀ ਕਬੂਤਰ ਤੁਹਾਨੂੰ ਦਿਖਾ ਦਈਦੇ ਆ, ਕਿਉਂਕਿ ਨਸਲਾਂ ਜਿਹੜੀਆਂ ਦੇਖਣ ਦਾ ਮਜ਼ਾ ਆਉਂਦਾ। ਅਲੱਗ ਅਲੱਗ ਥਾਂ 'ਤੇ ਜਾਈਦਾ, ਕੁਝ ਅਲੱਗ ਅਲੱਗ ਚੀਜ਼ਾਂ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਨੇ ਬਾਈ। ਇਹ ਦੇਖ ਇੱਕ ਲਾਲ ਰੱਤਾ ਵੀ ਆ, ਅਤੇ ਬਾਈ ਹੁਣਾਂ ਨੇ ਵਿੱਚ ਬਾਜ਼ੀਆਂ ਵੀ ਜਿੱਤੀਆਂ ਨੇ ਇਹਨਾਂ ਕਬੂਤਰਾਂ ਦੇ ਨਾਲ। ਅਤੇ ਇੱਕ ਕਬੂਤਰੀ ਜਿਹੜੀ ਹੈਗੀ ਆ ਬਾਜ਼ੀ ਜਿੱਤੀ ਹੋਈ ਆ, ਉਹ ਜਿੱਤੀ ਆ ਬਾਈ ਬਾਜ਼ੀ ਹੈ ਨਾ, ਇਹ 'ਚ ਜ਼ਿਆਦਾ ਜਿੱਤੇ ਦੇ ਬਾਜ਼ੀਆਂ ਲਈ ਆ। ਹੈਂ, ਸਹੀ ਹੈ ਸਹੀ ਆ। ਵਿੱਚ ਕਾਫੀ ਕਬੂਤਰ ਆ ਜਿਹੜੇ ਬਾਈ ਨਵੇਂ ਪੱਠੇ ਆ ਵਿੱਚ ਕੁਝ, ਅਤੇ ਉਹਨਾਂ ਦੇ ਜੋੜੇ ਲਾਏ ਆ ਬਾਈ ਹੁਣਾਂ ਨੇ। ਸਿਰਫ ਅੱਜ ਤੱਕ ਖੁੱਡੇ ਨਵੇਂ ਪਾਏ ਆ, ਇਸ ਕਰਕੇ ਥੋੜ੍ਹਾ ਜਿਹਾ ਅੰਦਰ ਮਿੱਟੀ ਵਗੈਰਾ ਲਾਉਣ ਵਾਲੀ ਰਹਿੰਦੀ ਆ। ਅਤੇ ਆਹ ਕਬੂਤਰੀ ਵੀ ਬਾਈ ਬਾਜ਼ੀ ਜਿੱਤੀ ਹੋਈ ਆ, ਅੱਜ ਇਹਦੇ ਲਾਲ ਰੰਗ ਲੱਗਾ ਖੱਟੀਆਂ ਅੱਖਾਂ ਦੀ। ਆਹ ਕਬੂਤਰੀ ਟਾਲੀ ਜਿੱਤੀ ਆ ਬਾਈ, ਆਹ ਬੈਠੀ ਆ ਵਿੱਚ। ਆਪਣੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਵਧੀਆ ਤਰੀਕੇ ਨਾਲ ਤੁਹਾਨੂੰ ਸ਼ੌਂਕ ਕਰਾ ਸਕੀਏ, ਤੇ ਕਬੂਤਰ ਜਿਹੜੇ ਆ ਉਹ ਦਿਖਾ ਸਕੀਏ। ਆਹ ਚਾੜ ਕੇ ਜਿੱਤੀ ਸੀ। ਅੱਛਾ, ਆਹ ਚਾੜ ਕੇ ਤੋਂ ਜੇਤੂ ਆ ਬਾਈ। ਦੇਖੋ ਬਾਈ ਹੁਣੀ ਦੱਸਣ ਦੇ ਨਾਲ ਪਿੰਡ ਦਾ ਨਾਂ ਵੀ, ਤੇ ਕਬੂਤਰੀ ਦੇਖੋ ਪੂਰੀ ਵਧੀਆ ਚਟੀਆਂ ਅੱਖਾਂ ਦੀ, ਇਹ ਚਾੜ ਕੇ ਤੋਂ ਜੇਤੂ ਆ ਬਾਈ। ਆਹ ਕਿਆ ਚੀਜ਼ ਆ ਬਾਈ, ਹੈ ਵੀ ਆ, ਨਸਲ ਵੀ ਬਹੁਤ ਤਗੜੀ ਆ। ਦੇਖੋ ਚਿੱਟੀਆਂ ਅੱਖਾਂ, ਵਜੂਦ ਬਹੁਤ ਵਧੀਆ, ਵਧੀਆ ਪੱਲੇ ਨੇ ਕਬੂਤਰੀ ਦੇ ਜਿਸ ਹਿਸਾਬ ਦੇ ਨਾਲ ਆ। ਇੱਕ ਇੱਕ ਪਰਿੰਦਾ ਜਿਹੜਾ ਹੈਗਾ ਦੇਖਣ ਵਾਲਾ ਬਾਈ, ਆਹ ਡੱਡੀਆਂ 'ਚ ਤੇ ਆ ਪਰ 2 ਮਿੰਟ ਪਿੱਛੇ ਹਰ ਗਿਆ। ਅੱਛਾ, ਇਹ 2 ਮਿੰਟ ਤੇ ਹਰਿਆ ਬਈ ਡੱਡੀਆਂ ਤੋਂ। ਆਹ ਕਾਲਾ ਚੀਨਾ ਕਬੂਤਰ ਆ, ਚਿੱਟੀਆਂ ਅੱਖਾਂ ਇਹਦੀਆਂ,
ਸਾਰੇ ਮਤਲਬ ਲਗਭਗ ਬਾਜੀ ਛੱਡੇ ਹੋਏ ਨੇ ਵਿੱਚ ਬਹੁਤ ਜ਼ਿਆਦਾ, ਜਿਹੜੇ ਨਵੇਂ ਪੱਠੇ ਆ ਸਿਰਫ ਉਹੀ ਰਹਿੰਦੇ ਨੇ ਬਾਜੀਆਂ ਛੱਡਣ ਤੋਂ ਜਾਂ ਕੁਝ ਵਿੱਚ ਵੱਡੇ ਨਰ ਹੋਣਗੇ, ਤੇ ਪੁਰਾਣੇ ਉਹ ਵੀ ਬਾਈ ਹੋਣੀ ਦੱਸਦੇ ਨੇ ਜਿੱਤੇ ਹੋਏ ਨੇ। ਠੀਕ ਹੈ ਜੀ, ਤੇ ਇੱਕ ਤੁਹਾਨੂੰ ਬੱਚਾ ਦਿਖਾਉਂਦੇ ਹਾਂ, ਛੋਟਾ ਜਿਹਾ ਕੱਢਿਆ ਆ ਡੱਬਾ ਜਿਹਾ ਬੱਚਾ ਲੱਗਦਾ ਏ, ਆਹ ਦੇਖੋ ਬਈ ਡੱਬਾ ਬੱਚਾ ਕੱਢਿਆ ਆ, ਤੇ ਆਹ ਕਬੂਤਰੀ ਆ ਡੱਬੀ, ਖਟੀਆਂ ਅੱਖਾਂ ਜੀ। ਮੈਂ ਕਿਹਾ ਹੁਣ ਆਇਆ ਤੇ ਸ਼ੌਂਕ ਕਰਾਉਂਦੇ ਹੀ ਚੱਲਦੇ ਹਾਂ ਬਾਈ, ਤੇ ਦੋ ਬੱਚੇ ਆ ਵੀ ਹੈਗੇ ਨੇ। ਬਰਸਾਤ ਦਾ ਮੌਸਮ ਆ, ਥੋੜ੍ਹਾ ਬਹੁਤ ਗੰਦੇ ਜ਼ਰੂਰ ਹੋ ਜਾਂਦੇ ਆ ਕਬੂਤਰ, ਤੇ ਪਰ ਖੁੱਡਾ ਬਹੁਤ ਖੁੱਲ੍ਹਾ ਡੁੱਲਾ, ਇਹ ਦੇਖੋ ਉੱਦਾਂ ਸਾਫ਼ ਹੈ ਬਿਲਕੁਲ ਬਾਈ ਹੁਣਾਂ ਦਾ ਖੁੱਡਾ ਜੀ। ਠੀਕ ਹੈ ਜੀ, ਇਹ ਸ਼ੌਂਕ ਕਰੋ ਬਾਈ ਹੁਣਾਂ ਦੇ ਕਬੂਤਰਾਂ ਦਾ। ਲਗਭਗ ਵਿੱਚ ਮੈਕਸੀਮਮ ਕਬੂਤਰ ਬਾਜੀਆਂ ਜਿੱਤੇ ਹੋਏ, ਆਹ ਲਾਲ ਢਿੱਡ ਵਾਲੀ ਜਿੱਤੀ ਹੋਈ ਆ, ਆਹ ਵੀ ਜੌਨਸਰੀ ਜਿਹੜੀ ਪੁੰਨੂ ਵਾਲਿਆਂ 'ਚੋਂ ਖੱਟੀਆਂ ਦੀ, ਆਹ ਵੀ ਜਿੱਤੀ ਹੋਈ ਆ, ਆਹ ਚਿੱਟੀਆਂ ਦੀ ਵੀ ਜਿੱਤੀ ਹੋਈ। ਬਾਈ ਹੁਣਾਂ ਨੇ ਚਾਰ ਪੰਜ ਤਾਂ ਮੈਨੂੰ ਦੱਸ ਦਿੱਤੀਆਂ ਜਿਹਦੇ ਆ ਨੀਲੇ ਜਾਮਣੀ ਰੰਗ ਲੱਗੇ ਨੇ। ਠੀਕ ਆ ਜੀ, ਅਤੇ ਆਹ ਨੀਲੇ ਇਹ ਲਾਲ ਢਿੱਡ ਵਾਲੀ ਆਹ ਵੀ ਜਿੱਤੀ ਹੋਈ ਆ, ਆਹ ਕਾਲਾ ਚੀਨਾ ਵੀ ਇੱਥੇ ਫਿਰਦਾ ਸੀ, ਆਹ ਗੁਟਕਦਾ ਪਿਆ, ਆਹ ਵੀ ਬਾਜੀ ਛੱਡਿਆ ਹੋਇਆ, ਅਤੇ ਕਾਫੀ ਕਬੂਤਰ ਜਿਹੜੇ ਇਸੇ ਖੁੱਡੇ ਦੇ ਵਿੱਚ ਹੀ ਆ ਜਿਹੜੇ ਬਾਜੀ ਛੱਡੇ ਨੇ। ਅਤੇ ਇੱਕ ਆਹ ਦੇਖੋ ਜੋੜਾ ਜੀ, ਆਹ ਡੱਬੀ ਕਬੂਤਰੀ ਆ ਅਤੇ ਖੱਟੀਆਂ ਦਾ ਕਬੂਤਰ ਆ, ਬਹੁਤ ਸ਼ਾਨਦਾਰ ਕਬੂਤਰ ਜੀ। ਤੁਹਾਨੂੰ ਸ਼ੌਂਕ ਕਰਾ ਦਿੰਦੇ ਬਾਈ ਹੁਣਾਂ ਦੇ ਕਬੂਤਰਾਂ ਦਾ, ਕਬੂਤਰ ਵੀਰ ਹੁਣਾਂ ਕੋਲ ਬਹੁਤ ਬਹੁਤ ਚੰਗੇ ਨੇ। ਦੂਸਰਾ ਤੀਸਰਾ ਬਾਈ ਇੱਕ ਚੀਜ਼ ਹੋਰ ਦੱਸਦੀ ਹੈ, ਬਾਈ ਹੁਣਾਂ ਕੋਲ ਜਿੰਨੇ ਵੀ ਕਬੂਤਰ ਆ ਮਾਲਵੇ 'ਚੋਂ ਆਏ ਹੋਏ ਨੇ, ਐਂ ਕਰੋ ਸ਼ੌਂਕ ਹੈ ਨਾ ਕਬੂਤਰਾਂ ਦਾ। ਇਹ ਜ਼ਿਆਦਾ ਕਬੂਤਰ ਜਿਹੜੇ ਹੈਗੇ ਆ ਮਾਲਵੇ ਦੇ ਨੇ ਬਾਈ, ਠੀਕ ਆ, ਤਾਂ ਹੀ ਤਾਂ ਮੈਂ ਲਿਆ ਨਹੀਂ ਨਾ, ਮੈਂ ਕਿਹਾ ਲੋਕ ਫਿਰ ਮੰਗਣ ਆ ਜਾਂਦੇ ਆ ਬਾਲੇ। ਸਹੀ ਗੱਲ ਆ ਬਾਈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਮਿੱਤਰੋ ਕਬੂਤਰ, ਖੁੱਡੇ ਬਾਈ ਹੁਣਾਂ ਨੇ ਜਾਲੀਦਾਰ ਬਹੁਤ ਵਧੀਆ ਬਣਾਏ ਹੋਏ ਨੇ, ਅਤੇ ਬਾਨੀ ਬੜੇ ਮਾਰੇ ਦੇ ਆ। ਸਹੀ ਆ, ਆਹ ਬਿੱਲੀ ਕੁੱਤਾਂ ਨਾਲ ਵਿੱਚ ਵੜ ਜਾਵੇ, ਬਿੱਲੀਆਂ ਵੜ ਜਾਂਦੀਆਂ ਬਾਈ ਪੰਜਾ ਮਾਰ ਕੇ ਕਈ ਵਾਰੀ, ਹਾਂ ਬਿੱਲੀ ਬਹੁਤ ਸਿਆਣੀ ਹੁੰਦੀ ਆ, ਉਹ ਜ਼ੋਰ ਮਾਰਦੀ। ਇਹਦੇ ਵਿੱਚ ਬਾਈ ਵੱਡੇ ਜੋੜੇ ਨੇ, ਅਤੇ ਆਹ ਵੀ ਕਰੋ ਸ਼ੌਂਕ। ਦੇਖੋ ਬਾਈ ਮਿੱਤਰੋ ਕਬੂਤਰ, ਕੋਸ਼ਿਸ਼ ਹੁੰਦੀ ਆ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਸ਼ੌਂਕ ਕਰਾਈਏ। ਔਰ ਵਜੂਦ ਦੇਖੋ ਕਬੂਤਰਾਂ ਦੇ, ਆਹ ਦੇਖੋ ਮੌਜੇ ਹਰ ਤਰ੍ਹਾਂ ਦੇ, ਪੁੰਨੂ ਵਾਲੇ, ਕਾਲਸਰੇ, ਜੌਨਸਰੇ, ਬਈ ਜਿਹੜੇ ਤੇ ਬੰਦਿਆਂ ਨੂੰ ਪਤਾ ਨਾ ਪਹਿਚਾਣ ਆ, ਦਿਲ ਖੁਸ਼ ਦਿਲ ਦੇ ਨਾਲ ਰੱਖਦੇ ਨੇ ਲਾ ਕੇ ਨਾ ਕਬੂਤਰਾਂ ਨੂੰ। ਅਤੇ ਇੱਧਰ ਜਿਹੜੇ ਖਾਨੇ ਆ ਬਾਈ ਉਹਨਾਂ ਨੇ ਪਲਾਈ ਵਾਲੇ ਬਣਾਏ ਹੋਏ ਆ ਇਹਦੇ ਵਿੱਚ, ਦੇਖੋ ਤੇ ਦੱਸਣਾ ਸ਼ੌਂਕ ਕਿੱਦਾਂ ਦਾ। ਅੱਜ ਦਾ ਸ਼ੌਂਕ ਵੀ ਪੂਰਾ ਐਂਡ ਆ। ਇਹ ਜਿਹੜੇ ਜਿੰਨੇ ਵੱਡੇ ਕਬੂਤਰ ਤੁਸੀਂ ਦੇਖਣਦੇ ਹੋ ਕਿਸੇ ਨਾ ਕਿਸੇ ਪਿੰਡ ਤੋਂ ਜੇਤੂ ਨੇ, ਕੋਈ ਦੂਸਰਾ ਉੱਡਿਆ, ਕੋਈ ਸਿੰਗਲ ਉੱਡਿਆ ਹੋਇਆ, ਔਰ ਇਹ ਸਾਰੀਆਂ ਜਿਹੜੀਆਂ ਹੈਗੀਆਂ ਫਿਰ ਦੱਸਦੀਆਂ ਮਾਲਵੇ ਦੀਆਂ ਨਸਲਾਂ ਆ, ਅਤੇ ਦੁਆਬੇ ਦੇ ਵਿੱਚ ਪਈਆਂ ਨੇ ਇਹ ਬਾਈ, ਇਹ ਏਰੀਆ ਬਾਈ ਕਪੂਰਥਲੇ ਦਾ ਜਿੱਥੇ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਹਾਂ। ਠੀਕ ਆ ਬਾਈ, ਉਹਨਾਂ ਨੇ ਪਿੰਡ ਦੱਸਣ ਤੋਂ ਮਨਾ ਕਰਿਆ, ਕਹਿੰਦੇ ਵੈਸੇ ਸ਼ੌਂਕ ਕਰਾ ਲਓ ਤੁਸੀਂ, ਅਤੇ ਮੈਂ ਤਾਂ ਕਰਕੇ ਹੀ ਕੋਈ ਬਾਈ ਉਹਨਾਂ ਨਾਲ ਵਾਹਲੀ ਆਪਾਂ ਗੱਲ ਵੀ ਨਹੀਂ ਕਰੀ, ਕਬੂਤਰ ਵਾਲੇ ਚੰਗੇ ਸੀ। ਮੈਂ ਕਿਹਾ ਜਿੱਥੇ ਜਾਈਦਾ ਵੀਰ ਬਾਈ ਇਹੀ ਕਹਿੰਦੇ ਆ ਵੀ ਸ਼ੌਂਕ ਬਾਈ ਕਰਾ ਦਿਆ ਕਰੋ, ਦਿਖਾ ਦਿਆ ਕਰੋ,
ਤੇ ਮੈਂ ਕਿਹਾ ਮਿੱਤਰਾਂ ਨੂੰ ਕਰਾਉਂਦੇ ਆਪਾਂ ਜੀ ਸ਼ੌਂਕ ਹੈ ਨਾ ਕਬੂਤਰਾਂ ਦਾ। ਆਹ ਲਓ ਬਈ, ਆਹ ਦੇਖੋ, ਆਹ ਪਰਿੰਦੇ ਦਾ ਸ਼ੌਂਕ ਕਰੋ, ਬਾਹਲਾ ਹੀ ਸੁਨੱਖਾ। ਕਾਲੇ ਰੰਗ ਲਾਇਆ, ਕਾਲੇ ਰੰਗ ਲੱਗਣ ਨਾਲ ਟੌਰ ਜਿਹੜੀ ਹੋਰ ਇਹਦੀ ਬਣੀ ਪਈ ਆ ਜੀ। ਤੇ ਆਹ ਦੇਖੋ ਇੱਕ ਪੁੰਨੂ ਵਾਲਿਆਂ 'ਚੋਂ ਖੱਟੀਆਂ ਦੀ ਜਮਾਂ ਵਧੀਆ ਕੁਆਲਿਟੀ। ਅਤੇ ਇੱਕ ਵਿੱਚ ਬਈ ਡੱਬੀ ਨੋਕਦਾ, ਆਹ ਦੇਖੋ ਕਬੂਤਰ ਲਾਲ ਮੋਢੇ 'ਤੇ ਰੰਗ ਆ, ਨੀਲੀ ਡੱਬੀ ਨੋਕਦਾ। ਆਹ ਜਿੱਦਾਂ ਹਜ਼ਾਰ ਵਾਲੇ ਕਬੂਤਰ ਹੁੰਦੇ ਆ ਨਾ, ਉਹਨਾਂ ਦੀਆਂ ਇਹ ਨੀਲੀਆਂ ਡੱਬੀਆਂ ਵਿੱਚ ਨੋਕਾਂ ਹੁੰਦੀਆਂ ਸੀ। ਅਤੇ ਇਹਨਾਂ 'ਚ ਅਡਾਰ ਬੜੀ ਸੀ, ਆਪਾਂ ਘਰੇ ਉਡਾਇਆ ਕਿਹਦੇ ਨਾਲ ਦਾ, ਅਤੇ ਬਹੁਤ ਜ਼ਿਆਦਾ ਉੱਡਿਆ। ਐਂ ਦੇਖੋ ਬਈ ਇੱਕ ਹੋਰ ਆ ਗਈ, ਦੋ ਇਕੱਠੀਆਂ ਹੋ ਗਈਆਂ ਕਾਲਸਰੀਆਂ, ਨਸਲੀ ਪੂਰੀਆਂ ਕਬੂਤਰੀਆਂ। ਇੱਕ ਔਰਤਿਆਂ ਦਾ ਜੋੜਾ ਵਿੱਚ ਬੈਠਾ ਬਈ, ਉਹ ਜੋੜੀ ਆ ਬਈ ਉਹਨਾਂ ਨੇ ਲਾਇਆ ਹੋਇਆ। ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਸ਼ੌਂਕ ਜਿਹੜਾ ਤੁਹਾਡੇ ਤੱਕ ਪਹੁੰਚਦਾ ਕਰੀਏ। ਇਹ ਦੇਖੋ ਬਾਈ ਇੱਧਰ ਵੀ ਇੱਕ, ਆਹ ਕਾਲੀਆਂ ਦਾ ਪਿੱਛੇ ਵੀ ਬੈਠਾ, ਅਤੇ ਆਹ ਬੈਠੀ ਆ ਚਿੱਟੀਆਂ ਦੀ ਕਬੂਤਰੀ। ਆਹ ਇੱਕ ਟੀਰੀ ਕਬੂਤਰੀ ਬੈਠੀ ਆ ਉੱਪਰ, ਅੱਖ ਦੇ ਵਿੱਚ ਇਹਦੇ ਦੀਵਾ ਜਿਹਾ ਬਣਦਾ ਬਾਈ, ਕਾਲਸਰੀ ਆ ਇਹ ਬਾਈ। ਪੁੰਨੂ ਵਾਲਾ ਕਿਹੜੇ? ਉਹ ਕਾਲਸਰੇ ਜਿਹੜੇ ਨਾ ਖੱਟੀਆਂ ਦੇ, ਆਹ ਖੱਟੀਆਂ ਦੇ ਥੱਲੇ ਆ ਫਿਰਦੇ ਆ, ਆਹ ਜਿਹੜੇ ਆ, ਆਹ ਇੱਕ ਕਬੂਤਰੀ ਉਹ ਨਾ ਮੋਢਿਆਂ ਵਾਲੀ ਜਿਹੜੀ ਆ, ਇਹ ਤਾਂ ਬਾਈ ਜਿੱਤੇ ਮੇਰੇ। ਅੱਛਾ ਇਹ ਵੀ ਜਿੱਤੇ ਆ, ਹੈਂ ਠੀਕ ਆ। ਬਾਈ ਦੇ ਜਿਹੜੇ ਬ੍ਰਦਰ ਆ ਛੋਟੇ ਬਾਈ, ਫਿਰ ਤੁਹਾਨੂੰ ਦੱਸ ਦਈਏ ਸ਼ੌਂਕ ਹੈਗਾ ਉਹਨਾਂ ਨੂੰ ਬਾਈ, ਉਹਨਾਂ ਨੂੰ ਜ਼ਿਆਦਾ ਕਬੂਤਰਾਂ ਬਾਰੇ ਨਹੀਂ ਪਤਾ, ਅਤੇ ਉਹਨਾਂ ਨੂੰ ਬਾਹਲਾ ਸ਼ੌਂਕ ਆ, ਅਤੇ ਉਹ ਬਾਹਰ ਨੇ, ਠੀਕ ਹੈ ਜੀ। ਅਤੇ ਤੁਹਾਨੂੰ ਦੂਸਰੇ ਖੁੱਡੇ ਦੇ ਵਿੱਚ ਵੀ ਆਪਾਂ ਕਬੂਤਰ ਜਿਹੜੇ ਉਹ ਦਿਖਾ ਦਿੰਦੇ ਹਾਂ ਜੀ। ਐਂ ਲਓ ਬਾਈ, ਆਹ ਆ ਗਏ ਆਪਾਂ ਦੂਸਰੇ ਖੁੱਡੇ 'ਚ। ਇਹਦੇ ਵਿੱਚ ਬੱਚੇ ਹੀ ਆ ਬਾਈ? ਹਾਂਜੀ, ਪੱਠੀਆਂ ਜੀ ਹੋਈਆਂ ਪੱਠੀਆਂ। ਅੱਛਾ ਇਹ ਲਾ ਲਏ ਆਪਾਂ ਛਤਰੀਆਂ 'ਤੇ, ਕਿੰਨਾ ਲਾਉਣ ਵਾਲੇ ਹਾਲੇ? ਲੱਗੇ 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 ਨੇ ਆ, ਖੇਡ ਸਕਦੇ ਬਾਜੀ। ਠੀਕ ਆ ਠੀਕ ਆ। ਅਤੇ ਹੁਣ ਜਿਹੜੀਆਂ ਬਾਜ਼ੀਆਂ ਛੱਡਣੀਆਂ ਬਾਈ ਉਹਨਾਂ ਨੇ ਬੰਦ ਕਰਤੀਆਂ ਆ, ਅਤੇ ਨੈਕਸਟ ਸੀਜ਼ਨ ਦੇ ਵਿੱਚ ਫਿਰ ਬਾਜ਼ੀਆਂ ਜਿਹੜੀਆਂ ਉਹ ਛੱਡੀਆਂ ਜਾਣਗੀਆਂ, ਠੀਕ ਆ ਜੀ। ਅਤੇ ਇਹ ਜਿੰਨੇ ਕਬੂਤਰ ਆ ਸਿਰਫ ਤੁਹਾਡੇ ਬਾਈ ਸ਼ੌਂਕ ਦੇ ਲਈ ਆ, ਇਹ ਸੇਲ ਨਹੀਂ ਹੈਗੇ, ਠੀਕ ਆ ਜੀ। ਕੋਈ ਵੀ ਭਰਾ ਸੇਲ ਦੇ ਲਈ ਫੋਨ ਨਾ ਕਰੇ, ਸਿਰਫ ਤੁਹਾਡੇ ਸ਼ੌਂਕ ਦੇ ਲਈ ਮਿੱਤਰੋ, ਠੀਕ ਆ। ਅਤੇ ਬਹੁਤ ਹੀ ਵਧੀਆ ਸ਼ੌਂਕ ਬਾਈ ਹੁਣਾਂ ਦਾ, ਅਤੇ ਕਿੱਦਾਂ ਦਾ ਲੱਗਾ ਸ਼ੌਂਕ ਦੱਸਿਓ ਜ਼ਰੂਰ ਮੇਰੇ ਭਰਾ। ਆਹ ਕਰ ਦਿਓ ਬੰਦ, ਠੀਕ ਆ। ਅਤੇ ਜਾਲੀਦਾਰ ਖੁੱਡੇ ਹਵਾਦਾਰ ਫਿਰ ਤੁਹਾਨੂੰ ਦੱਸ ਦਈਏ, ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਬਾਈ ਹੁਣਾਂ ਨੇ, ਬਹੁਤ ਮਿਹਨਤ ਕੀਤੀ ਆ ਅਤੇ ਬਹੁਤ ਵਧੀਆ ਵਧੀਆ ਜਿਹੜੇ ਕਬੂਤਰ ਬਣਾਏ ਨੇ। ਬਾਕੀ ਮਿੱਤਰੋ ਵੀਡੀਓ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ, ਅਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ, ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਭਾਅ ਜੀ ਉਹ ਜਿਹੜਾ 10 ਸਾਲ 15 ਸਾਲ ਪੁਰਾਣਾ